ਉਹਨਦੇ ਦਿਲਬਰ ਮੁੰਜੇ ਹੈ ਇਸ ਵਾਰ ਤਾਂ ਮੁੰਝ ਲਾਵੇਂ ਉਹ ਮੇਰੀ ਮੁਦਤ ਤੂੰ ਸਿੱਕਦੀਆਂ ਅੱਖੀਆਂ ਨੂੰ ਆਹ ਢੋਲ ਦੀਦਾਰ ਕਰਾਵੇਂ ਤੇ ਤੇਰੇ ਰਾਤੇ ਦੀਦਾਂ ਲਾ ਬਾਸਾਂ ਆਵੇਂ ਜਲਦੀ دیر ਨਾ ਲਾਵੇਂ ਬਸ ਜੇਦੀ ਈਦ ਚਾਸਾ ਵੈਸੀ ਜਾਂ ਮੇਰੇ ਕੱਠਿਆਂ ਈਦ ਮਨਾਵੇਂ ਬਿਹਤਰੀਨ ਇੰਟਰਵਿਊਜ਼ ਮੁਸ਼ਾਇਰੇ ਮਜ਼ਾਹੀਆ ਸਵਾਲਾਂ ਤੇ ਖੂਬਸੂਰਤ ਕਹਾਣੀਆਂ ਵਾਸਤੇ ਸਾਡੇ YouTube ਚੈਨਲ ਵਸੇਵ TV ਨੂੰ ਜ਼ਰੂਰ ਸਬਸਕ੍ਰਾਈਬ ਕਰੇ ਸੋ ਤੇ ਘੰਟੀ ਦੇ ਨਿਸ਼ਾਨ ਨੂੰ ਵੀ ਜ਼ਰੂਰ ਦਬੇ ਸੋ ਅਸਲਾਮ ਅਲੈਕਮ ਮੈਂ ਹਾਲਾਡੀ ਤਾਂ ਜ਼ਖਮੀ ਤੋਂ ਸਾਡੇ ਦੇ ਵਸੇਵ TV ਔਰ ਆਈ ਸਾਡੇ ਨਾਲ ਮੌਜੂਦ ਸ਼ਖਸੀਅਤ ਜਿਹੜੇ ਕਿਸੇ ਤਾਰਫ ਦੇ ਮੁਤਾਜ ਕੋਈ ਨਹੀਂ ਡੂ ਸ਼ਾਇਰ ਮਜ਼ੇ ਦੀ ਗੱਲ ਉਸਤਾਦ ਸ਼ਰਗੇਦ ਆਪਣਾ ਇਹ ਉਸਤਾਦ ਬੈਠੇ ਨੇ ਇਹ ਸ਼ਰਗੇਦ ਬੈਠੇ ਨੇ और हर इलाके दे अपना अपना बंदा फनकार लेकिन इन्हें अपने इलाके बड़ी फनकारी शहरी के हवाले लोग बड़ी शहरी पसंद करे और अब मौजूद हैं उन्होंने गाल मुहाल करेंगे क्या साको सुनवा दें सब तो पहले सरैकी शहर जुवेदिक बेद साहब तुडिया कमाल मोहब्बत के तुमने साकू इतना प्यार ता बिदार, ता बिदार, अला दिता जख्मी साहब आ गए मेहरबानी और वारश सरदार साहब तुड़ियाँ कमाल मोहब्बत तुम्हें ढेर सारा साको प्यार दिता ਜੀ ਸਰ ਸਰ ਜਨਾਬ ਦੀ ਮਿਹਰਬਾਨੀ ਹੈ ਕਿ ਜਿਹੜੇ ਸਾਰੇ ਕੋਲ ਆ ਗਏ ਆਪਣੇ ਕੀਮਤੀ ਟਾਈਮ ਵਿੱਚ ਟਾਈਮ ਕੀਤਾ ਉਹਨਾਂ ਨੇ ਤੇ ਲੇਕਿਨ ਜਨਾਬ ਕੋਈ ਮਸਲਾ ਨਹੀਂ ਅਸਾ ਤਾਬੇਦਾਰ ਹੈ ਮਿਹਰਬਾਨੀ ਸਾਬ ਤੋਂ ਪਹਿਲਾਂ ਅਸਾਂ ਉਸਤਾਦ ਵਾਲੇ ਪਾਸੇ ਚਲਸੂ ਕਿ ਉਸਤਾਦ ਸਾਹਿਬ ਕੋ ਹੁਣ ਕੀ ਸੁਣਵੇਂਦੇ ਨੇ ਉਹ ਢੇਰ ਸਾਰੀਆਂ ਗੱਲਾਂ ਕਰਨ ਵਾਸਤੇ ਟਾਈਮ ਇਤਨਾ ਖਾਸ ਕਹਿ ਨਹੀਂ ਮਤਲਬ ਕਿਤੇ ਸ਼ਾਇਰੀ ਦਾ ਸ਼ੌਂਕ ਲੱਗਾ ਤੋ ਆ ਕੋ ਸਾਰਾ ਪਤਾ ਹੈ ਪਿਆ ਅਸਾ ਮੁਕਤ ਸਲ ਗਾਲ ਕਿਉਂਕਿ ਸ਼ਾਇਰੀ ਤੋਂ ਸ਼ੁਰੂ ਕਰਨੇ ਸਾਈ ਤੁਸੀਂ ਕੀ ਸੁਣਵਾਉਣਾ ਚਾਹੁੰਦੇ ਹੋ ਸਾਹਿਬ ਜੀ ਬਿਲਕੁਲ ਤੂੰ ਈ ਦੀ ਆਮਦੇ ਤੇ ਮੈਂ ਈ ਦਾ ਇੱਕ ਡੋਲਾ ਪੜਦਾ ਕਿ ਵਦੇ ਕੱਢਣ ਦੇ ਦਿਲਬਰ ਮੂੰਝੇ ਐ ਇਸ ਵਾਰ ਤਮੂੰਝ ਲਾਵੇਂ ਵਦੇ ਕੱਢਣ ਦੇ ਦਿਲਬਰ ਮੂੰਝੇ ਐ ਇਸ ਵਾਰ ਤਮੂੰਝ ਲਾਵੇਂ ਓ ਮੇਰੀ ਮੁਦਤ ਤੂੰ ਸਿੱਕਦੀਆਂ ਅੱਖੀਆਂ ਨੂੰ ਆਹ ਢੋਲ ਦੀਦਾਰ ਕਰਾਵੇਂ ਤੇ ਤੇਰੇ ਰਾਤੇ ਦੀਦਾਂ ਲਾ ਬਾਸਾਂ ਆਵੇਂ ਜਲਦੀ دیر ਨਾ ਲਾਵੇਂ ਬਸ ਜੇਦੀ ਈਦ ਚਾਸਾ ਵੈਸੀ ਯਾ ਮੇਰੇ ਕੱਠਿਆਂ ਈਦ ਮਨਾਵੇਂ

शायरी शौक है मेरा पेशा नहीं जेदी शायर मेरा उस्ताद है तखलस वारिस लिखता हाँ असल नाम मेरा शहजाद मुल्तान शहर विच हाँ जेड़ा पीरा नाल आबाद है उन शुक्र गुजार हाँ लखारी जो खोल के देवेद वाह क्या बात है ना है क्या सुना तीर मारना चाहते जे जे गुर्बत बारे मेरा एक डोड़ा है

तू यार के खोशे, मैं उजड़ के, हाँ, तू गैर वसा के खोशे। आज केस आ गई दे प्रोग्राम दी और इस तरीके मुक्त सिर प्रोग्राम और इन फनकार को, करने और को अपना शायरी अच्छी लगी होना को लाइक और कमेंट जरूर दसना है कि इन्ह की शायरी तुआको किए लगी मेहरबानी सराकी शायर जवेद इकबाल जेदे दिल तुम शुक्र गुजारिश है